ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਮੇਰਾ ਨਾਮ ਜਸਵਿੰਦਰ ਸਿੰਘ ਹੈ। ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਜਸਵਿੰਦਰ ਫਿਟਨੈਸ 07। ਅਤੇ ਅੱਜ ਆਪਾਂ ਲਾਵਾਂਗੇ ਚੈਸਟ ਦਾ ਵਰਕਆਊਟ। ਅਤੇ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਵਾਰਮ ਅਪ। ਕੋਈ ਵੀ ਐਕਸਰਸਾਈਜ਼ ਕਰਨੀ ਹੈ, ਸਭ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਵਾਰਮ ਅਪ ਕਰਨਾ, ਫਿਰ ਹੀ ਐਕਸਰਸਾਈਜ਼ ਲਾਉਣੀ ਸ਼ੁਰੂ ਕਰਨੀ ਹੈ। ਅਤੇ ਹੁਣ ਮੈਂ ਕਰ ਰਿਹਾ ਵਾਰਮ ਅਪ, ਅਤੇ ਫਿਰ ਆਪਾਂ ਕਰਾਂਗੇ ਅੱਜ ਦਾ ਵਰਕਆਊਟ। ਅਤੇ ਵਾਰਮ ਅਪ ਆਪਾਂ ਕਰ ਲਿਆ, ਅਤੇ ਹੁਣ ਮੈਂ ਲਾਊਂਗਾ ਸਟ੍ਰੇਟ ਪੁਸ਼ਅਪ। ਤਾਂ ਪੋਜੀਸ਼ਨ ਦੇਖ ਸਕਦੇ ਹੋ ਸਟ੍ਰੇਟ ਪੁਸ਼ਅਪ ਦੀ। ਤਾਂ ਹੁਣ ਲਾ ਰਿਹਾ ਮੈਂ ਸਟ੍ਰੇਟ ਪੁਸ਼ਅਪ। ਅਤੇ ਹੁਣ ਮੈਂ ਲਾਊਂਗਾ ਪਹਿਲੀ ਐਕਸਰਸਾਈਜ਼ ਡੰਬਲ ਬੈਂਚ ਪ੍ਰੈਸ। ਅਤੇ ਇਹਦੇ ਮੈਂ ਲਾਊਂਗਾ 3 ਸੈੱਟ। ਅਤੇ ਹੁਣ ਲਾਉਣਾ ਮੈਂ ਇਹਦਾ ਪਹਿਲਾ ਸੈੱਟ। ਅਤੇ ਜੇ ਆਪਾਂ ਪੁਸ਼ਅਪ ਦੀ ਗੱਲ ਕਰੀਏ ਤਾਂ ਉਹਦੇ 'ਚ ਮੈਂ ਲਾਇਆ 1 ਸੈੱਟ। ਅਤੇ ਜੇ ਆਪਾਂ ਪ੍ਰੋਪਰ ਵਰਕਆਊਟ ਕਰਦੇ ਹਾਂ ਤਾਂ ਫਿਰ ਆਪਾਂ 3 ਸੈੱਟ ਲਾ ਸਕਦੇ ਹਾਂ। ਮੈਂ ਤਾਂ ਬਸ 1 ਸੈੱਟ ਲਾਇਆ ਗਾ ਉਹਦਾ। ਦੂਜੀ ਐਕਸਰਸਾਈਜ਼ ਲਾਊਂਗਾ ਮੈਂ ਨੈਰੋ ਰਿਵਰਸ ਗ੍ਰਿਪ ਲੈਟ ਪੁੱਲ ਡਾਊਨ ਦੀ। ਤਾਂ ਇਹਦੇ ਵੀ ਮੈਂ ਲਾਊਂਗਾ 3 ਸੈੱਟ। ਅਤੇ ਹੁਣ ਲਾ ਰਿਹਾ ਮੈਂ ਇਹਦਾ ਪਹਿਲਾ ਸੈੱਟ।
ਅਤੇ ਮੇਰੀ ਦੂਜੀ ਐਕਸਰਸਾਈਜ਼ ਹੋ ਗਈ ਕੰਪਲੀਟ, ਅਤੇ ਹੁਣ ਮੈਂ ਲਾਊਂਗਾ ਤੀਜੀ ਐਕਸਰਸਾਈਜ਼ ਜਿਹੜੀ ਹੈ ਫੇਸ ਫੁੱਲ ਓਵਰ। ਅਤੇ ਹੁਣ ਲਾਊਂਗਾ ਮੈਂ ਚੌਥੀ ਐਕਸਰਸਾਈਜ਼ ਡੰਬਲ ਬਾਈਸੈਪ ਕਰਲ। ਲਾਊਂਗਾ ਮੈਂ ਪੰਜਵੀਂ ਐਕਸਰਸਾਈਜ਼ ਰੋਪ ਪੁਸ਼ ਡਾਊਨ। ਛੇਵੀਂ ਐਕਸਰਸਾਈਜ਼ ਲਾਊਂਗਾ ਹੁਣ ਮੈਂ ਵਾਕਿੰਗ ਲੰਗਸ। ਇਸ ਦੇ ਨਾਲ ਹੀ ਅੱਜ ਦਾ ਵਰਕਆਊਟ ਆਪਣਾ ਕੰਪਲੀਟ ਹੁੰਦਾ, ਅਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ।